ਮੰਜਾ ਪਰ ਮੇ ਜੇ ਤਾ ਹੋਣਾ ਜੇ ਨੂੰ ਤਾਂ ਬਾਦ ਨੇ ਕੋਈ ਨਹੀਂ ਗੱਲ ਮੰਜਾ ਪਰ ਹੁਣੇ ਤਾਂ 2:30 ਵਜੇ ਦੀ ਗੱਲ ਆ ਤੜਕੇ ਦੀ ਹਾਂ 2:30 ਵਜੇ ਰਾਲ ਗਿਆ ਜੀ ਡੈਡੀ ਜੀ ਆਇਆ ਸੀਗਾ ਜੋ ਪਿਆੜੇ ਨੰਦੀ ਨਾਨੇ ਨੂੰ ਪੈ ਗਿਆ ਜੀ ਕੋਈ ਹੋਣਾ ਮਾਰਨ ਜੀ ਉਹ ਪਛਾੜਾ ਵੀ ਮਾਮਾ ਆਇਆ ਜੀ ਫਿਰ ਉਹਦੇ ਇੱਥੇ ਦੀ ਕੁਣੀ ਤੇ ਮਾਰੀ ਜੀ ਤੇ ਜਿਹੜੀ ਭੈਣ ਜਿਹੜੀ ਮਾਮੇ ਦੀ ਕੁੜੀ ਸੀਗੀ ਵੱਡੀ ਜੀ ਫਿਰ ਉਹਦੇ ਆਰ ਪਾਰ ਤਲਵਾਰ ਕਰਤੀ ਉਹਨੂੰ 15 ਸਾਲ ਹੋ ਗਏ ਵਿਆਹੀ ਨੂੰ ਇਹੀ ਕੁੱਟ ਮਾਰ ਉਹਦੇ ਨਾਲ ਚੱਲਦੀ ਆਈ ਆ ਉਹ ਫੇਰ ਵੀ ਵਿਚਾਰੀ ਉੱਥੇ ਚਲੀ ਜਾਂਦੀ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏ ਵਾਲਾ ਵਿਖੇ ਇੱਕ ਵੱਡੀ ਵਾਰਦਾਤ ਵੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਜਵਾਈ ਦੇ ਵੱਲੋਂ ਸਹੁਰੇ ਘਰ ਦੀ ਕੰਧ ਟੱਪ ਕੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਕਤ ਮੈਂਬਰਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਗੁਰਮੁਖ ਸਿੰਘ ਆਪਣੇ ਪਿੰਡ ਖੋਸਾ ਪਾਂਡੋ ਵਿਖੇ ਜਾ ਕੇ ਸੁਸਾਈਡ ਕਰ ਲੈਂਦਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁਲਜ਼ਮ ਅਤੇ ਮ੍ਰਿਤਕ ਗੁਰਮੁਖ ਸਿੰਘ ਦੇ ਮੁੰਡੇ ਨੇ ਸਾਰੀ ਕਹਾਣੀ ਦੱਸੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੇਰੇ ਪਾਪਾ ਨੇ ਕਿਸੇ ਨੂੰ ਨਹੀਂ ਬਖਸ਼ਿਆ ਪਹਿਲਾਂ ਮੇਰੇ ਨਾਨੀ ਨੂੰ ਫਿਰ ਮੇਰੇ ਮਾਮੇ ਨੂੰ ਫਿਰ ਨਾਨੀ ਨੂੰ ਅਤੇ ਫਿਰ ਮੇਰੀ ਮਾਂ ਦੇ ਆਰ ਪਾਰ ਤਲਵਾਰ ਕਰ ਦਿੱਤੀ ਮੇਰਾ ਮੈਂ ਤੂੰ ਸਿੰਘ ਨਾ ਜੀ ਰਾਤ ਤੇਰੇ ਆ ਕੇ ਕੌਣ ਵੱਜ ਕੇ ਕਿਹਾ ਰਾਤ ਨੂੰ ਜੀ ਡੈਡੀ ਜੀ ਆਇਆ ਸੀਗਾ ਜੋ ਪਿਆੜੇ ਨੰਦੀ ਨਾਨੇ ਨੂੰ ਪੈ ਗਿਆ ਜੀ ਕੋਈ ਹੋਣਾ ਮਾਰਨ ਜੀ ਉਹ ਪਛਾੜਾ ਵੀ ਮਾਮਾ ਆਇਆ ਜੀ ਫਿਰ ਉਹਦੇ ਇੱਥੇ ਦੀ ਕੁਣੀ ਤੇ ਮਾਰੀ ਜੀ ਤੇ ਜਿਹੜੀ ਭੈਣ ਜਿਹੜੀ ਮਾਮੇ ਦੀ ਕੁੜੀ ਸੀਗੀ ਵੱਡੀ ਜੀ ਫਿਰ ਉਹਦੇ ਆਰ ਪਾਰ ਤਲਵਾਰ ਕਰਤੀ ਫਿਰ ਵਾਲੀ ਨਾਨੀ ਨੂੰ ਪੈ ਗਏ ਨਾ ਤਲਵਾਰਾਂ ਮਾਰਨ ਜੋ ਫਿਰ ਉਹਦੇ ਇਸ ਪੱਟਾ ਪੁੱਟਾ ਦੇ ਮਾਰਤੀ ਫਿਰ ਮੇਰੀ ਮੰਮੀ ਨੂੰ ਇੱਥੇ ਆਰ ਪਾਰ ਕਰਤੀ ਤਲਵਾਰਾਂ ਹਾਂਜੀ ਫਿਰ ਭੱਜ ਗਿਆ ਜੀ ਉਹ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਉਹਨਾਂ ਦਾ ਜੀਜਾ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਜਿਸ ਨੇ ਪਰਿਵਾਰ ਦੇ ਸੁੱਤੇ ਪਏ ਸਾਰੇ ਜੀਆਂ ਉੱਪਰ ਕਿਰਪਾਨ ਦੇ ਨਾਲ ਵਾਰ ਕਰ ਦਿੱਤੇ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਉਹਨੂੰ 15 ਸਾਲ ਹੋ ਗਏ ਵਿਆਹੀ ਨੂੰ ਇਹੀ ਕੁੱਟ ਮਾਰ ਉਹਦੇ ਨਾਲ ਚੱਲਦੀ ਆਈ ਆ ਉਹ ਫੇਰ ਵੀ ਵਿਚਾਰੀ ਉੱਥੇ ਚਲੀ ਜਾਂਦੀ ਸੀ ਤੇ ਹੁਣ ਵੀ ਉਹਦੇ ਨਾਲ ਬਹੁਤ ਜ਼ਿਆਦਾ ਉਹਦੇ ਨਾਲ ਕੁੱਟ ਮਾਰ ਹੋਈ ਆ ਮੇਰਾ ਪਿਓ ਵੀ ਉੱਥੇ ਗਿਆ ਸੀ ਉਹਨੂੰ ਉਹਦੇ ਕੋਲੇ ਮਿਲਣ ਉਹਨੂੰ ਵੀ ਗਾਲਾਂ ਕੱਢੀਆਂ ਤੇ ਮੇਰੇ ਪਿਓ ਤੋਂ ਝੱਲੀ ਨਹੀਂ ਗਈ ਉਹ ਲੈ ਆਇਆ ਵਾ ਇੱਥੇ ਲਿਆਂਦੀ ਆ 10 ਦਿਨ ਉਹਨਾਂ ਨੇ ਦਰਖਾਸਤ ਦੇਤੀ ਕੱਲ ਦਰਖਾਸਤ ਦਿੱਤੀ ਆ ਰਾਤ ਉਦਾਂ ਦੀ ਵੱਡਾ ਟੁੱਕੀ ਕਰਤੀ ਕਿੰਨੇ ਵਜੇ ਆਇਆ ਕੱਲ 2:15 ਦੇ ਤਰੀਬ ਆਇਆ ਰਾਤ ਵੀਰੇ ਕਿਹੜੇ ਪਿੰਡ ਦਾ ਰਹਿਣ ਵਾਲਾ ਕੀ ਨਾਮ ਹੈ ਖੋਸੀ ਵੀਰੇ ਕੀ ਨਾਮ ਹੈ ਗੁਰਮੁਖ ਕਿੰਨੇ ਜਣਿਆਂ ਨੂੰ ਜ਼ਖਮੀ ਕਰਕੇ ਪੰਜਾਂ ਜਣਿਆਂ ਨੂੰ 5-6 ਜਣਿਆਂ ਵੀ ਜੀ ਹਾਂਜੀ ਮੇਰਾ ਹਾਂਜੀ ਮੇਰਾ ਇੱਕ ਮੇਰਾ ਪਿਓ ਵਾ ਮਾਮ ਮੇਰੀ ਮੇਰਾ ਭਰਾਈ ਆ ਤੇ ਮੇਰੀ ਭਤੀਜੀ ਆ ਤੇ ਇਹ ਕੁੜੀ ਆ 5 ਜਣੇ ਆ ਕੀ ਮੰਗ ਕਰਦੇ ਆ ਮੰਗਾ ਇਹੀ ਕਰਦੇ ਆ ਵੀਰ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਸਾਡੇ ਨਾਲ ਹੋਈ ਆ ਜੇ ਕੱਲ ਨੂੰ ਵੱਢ ਕੇ ਬੋਰੀ 'ਚ ਪਾਤੀ ਕੁੜੀ ਅਸੀਂ ਫਿਰ ਵੀ ਚੱਲ ਮੰਨਦੇ ਆ ਉਹਨਾਂ ਨੇ ਪਿੰਡ ਦੀ ਪੰਚਾਇਤ ਆਉਂਦੀ ਸੀ ਲੈ ਜਾਂਦੇ ਸੀ ਸਾਡੇ ਵੀ ਚੱਲ ਤੋੜ ਦਿੰਦੇ ਸੀ ਬਾਕੀ ਸਾਡੇ ਘਰ ਦੀ ਤੁਸੀਂ ਦੇਖ ਹੀ ਲਈ ਆ ਵੀ ਅਸੀਂ ਇੰਨੇ ਚੁੱਕ ਰਹੇ ਹੈ ਨਹੀਂ ਗਏ ਵੀ ਮੇਰਾ ਮਾਂ ਪਿਓ ਮੇਰਾ ਭੈਣ ਭਾਈ ਚੱਲ ਅਸੀਂ ਫਿਰ ਵੀ ਕੁੜੀ ਤੋੜ ਦਿੰਦੇ ਸੀ ਹਾਂ ਹੈ ਮਾਂ ਮੇਰੀ ਤਾਂ ਦਿਲ ਦਾ ਮਰੀਜ਼ ਆ ਪਿਓ ਮੇਰਾ ਤਾਂ ਆ ਮੈਂ ਆਪਦੇ ਘਰੇ ਵਧੀਆ ਰਹਿ ਰਹੀ ਹਾਂ ਕਿ ਮੈਂ ਆਪਦੇ ਘਰੇ ਔਖੀ ਆ ਇਨਸਾਫ ਮਿਲਣਾ ਚਾਹੀਦਾ ਵੀਰ ਜੀ ਸਾਨੂੰ 2:15 ਦੇ ਤਰੀਬ ਆਇਆ ਵੀਰ ਜੀ 2:30 ਦਾ ਵੀ ਤੁਸੀਂ ਟਾਈਮ ਰੱਖ ਲਓ 2:30 ਦੇ ਤਰੀਬ ਆਇਆ ਕੰਧ ਟੱਪ ਕੇ ਹਮਲਾ ਕੀਤਾ ਉਹ ਪਈ ਕਿਰਪਾਨ ਉਹ ਪਈ ਪੱਗ ਉਹ ਪਈ ਰੁਮਾਲ ਇੱਕ ਉਹ ਪਿਆ ਵਾ ਮੋਟਰਸਾਈਕਲ 'ਤੇ ਆਇਆ ਵਾ ਇਕੱਲਾ ਹਮਲਾ ਕਰਕੇ ਭੱਜ ਗਏ ਹਾਂਜੀ ਭੱਜ ਗਿਆ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭੱਜ ਗਿਆ ਤੁਹਾਡੀ ਰਾਤ ਤੁਹਾਡੇ ਘਰ ਦੇ ਵਿੱਚ ਇੱਕ ਵਿਅਕਤੀ ਵੱਲੋਂ ਆ ਕੇ ਘਰਦਿਆਂ ਨੂੰ ਤੇ ਹਥਿਆਰਾਂ ਨਾਲ ਵੱਢਿਆ ਗਿਆ ਕੀ ਕਾਰਨ ਕੀ ਬਣਿਆ ਕੌਣ ਸੀ ਉਹ ਬੰਦਾ ਸਰ ਜੀ ਉਹ ਮੇਰੀ ਭਾਜੀ ਜਾਨੀ ਕਿ ਸਾਡੇ ਤਾਏ ਦੇ ਜਮਾਈ ਹੈਗੀ ਉਹਨਾਂ ਨੇ ਕੰਧ ਟੱਪੀ ਕੰਧ ਟੱਪ ਕੇ ਆ ਕੇ ਸਾਰੇ ਜੀਆਂ ਨੂੰ ਕਿਰਪਾਨ ਦੇ ਨਾਲ ਲਹੂ ਲੁਹਾਣ ਕਰਤਾ ਜੀ ਹਾਂਜੀ ਕਿੰਨੇ ਜਣਿਆਂ ਨੂੰ ਕਿਉਂ ਨਾ ਵੱਢਿਆ ਚਾਰ 5 ਜਣਿਆਂ ਨੂੰ ਜੀ ਕੌਣ ਕੌਣ ਮੇਰੇ ਤਾਇਆ ਜੀ ਤਾਈ ਜੀ ਮੇਰਾ ਵੀਰਾ ਉਹਨਾਂ ਦੀ ਕੁੜੀ ਤੇ ਪੰਮੇ ਭੈਣ ਸੀਗੀ ਉਹਨਾਂ ਦੇ ਘਰ ਵਾਲੇ ਹਾਂਜੀ ਕੁੜੀ ਇੱਥੇ ਰਹਿੰਦੀ ਸੀ ਹਾਂਜੀ 10 ਕੁ ਦਿਨ ਹੋ ਗਏ ਸਰ ਉਹਨਾਂ ਨੂੰ ਆਇਆ ਨੂੰ ਜੀ ਹਾਂਜੀ ਤੇ ਉਹ ਰਾਤ ਉਹ ਜਾਨੀ ਕਿ ਆਏ 9:15 ਦਾ ਟਾਈਮ ਸੀਗਾ ਜੀ ਉਦੋਂ ਆਏ ਉਦੋਂ ਇਹਨਾਂ ਨੇ ਬਹੁਤ ਇੱਥੇ ਖੌਰੂ ਪਾਇਆ ਜੀ ਖੂਨ ਖਾਨ ਕੀਤਾ ਪਿਆ ਜੀ ਕਦੇ ਕਿਰਪਾਨਾਂ ਦੇ ਨਾਲ ਵੱਢਿਆ ਗਿਆ ਜੀ ਤੇ ਜਿਹੜੇ ਮਰੀਜ਼ ਆ ਉਹ ਕਿੱਥੇ ਦਾ ਉਹ ਫਰੀਦਕੋਟ ਹੀ ਮੋਗੇ ਜਵਾਬ ਦੇਤਾ ਮੋਗੇ ਉਹ ਜਵਾਬ ਦਿੱਤਾ ਜੀ ਫਰੀਦਕੋਟ ਚਲੇ ਗਏ ਕੀ ਮੰਗ ਕਰਦੇ ਆ ਮੰਗ ਸਰ ਕੀ ਕਰਨੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਹਾਂਜੀ ਜਿੱਦਾਂ ਉਹਨੇ ਸਾਡੇ ਘਰ ਦੇ ਪਰਿਵਾਰ ਦੇ ਨਾਲ ਕੀਤਾ ਵਾ ਉਦਾਂ ਹੀ ਉਹਦੇ ਨਾਲ ਹੋਵੇ ਸਰ ਉਥੇ ਹੀ ਪਿੰਡ ਖੋਸਾ ਪਾਂਡੋ ਦੇ ਸਰਪੰਚ ਨੇ ਦੱਸਿਆ ਕਿ ਗੁਰਮੁਖ ਸਿੰਘ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਅੱਜ ਸਵੇਰੇ ਉਸਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੰਜ ਸਾਲ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਵੱਲੋਂ ਸੁਸਾਈਡ ਕੀਤਾ ਗਿਆ ਕੀ ਕਾਰਨ ਕੀ ਬਣਿਆ ਜੀ ਕਾਰਨ ਬਾਈ ਜੀ ਹੁਣ ਕੀ ਕਹਿ ਸਕਦੇ ਆ ਕੋਈ ਘਰ ਦਾ ਘਰੇਲੂ ਝਗੜਾ ਕਰਕੇ ਯਾਨੀ ਕਿ ਹੁਣ ਸੁਬਾਹ ਅਸੀਂ ਆਏ ਹਾਂ ਅਤੇ ਇਹਦੇ ਪਰਿਵਾਰ ਜਿਹੜਾ ਉੱਥੇ ਪੇਕੇ ਪਿੰਡ ਗਿਆ ਸੀਗਾ ਇਦੋਂ ਹਫ਼ਤਾ ਕੁ ਪਹਿਲਾਂ
ਸੜ ਕੇ ਸੁਬਹਾ ਜਦੋਂ ਇਹ ਜਾਣੀ ਕਿ ਬ੍ਰਦਰ ਨੇ ਦੇਖਿਆ ਵੀ ਇਹ ਤਾਂ ਸੁਸਾਈਡ ਨੇ ਕਰ ਲਿਆ ਆਪਦਾ, ਉੱਥੋਂ ਕੋਈ ਘਰ ਦਾ ਘਰੇਲੂ ਕਰਕੇ ਕੋਈ ਮਾੜਾ ਮੋਟਿਆਂ ਦਾ ਆਸ ਵਿੱਚ ਕੋਈ ਝਗੜਾ ਹੋਊਗਾ, ਪਹਿਲਾਂ ਕਦੇ ਉੱਥੇ ਗਿਆ ਆਪਦੇ ਸਹੁਰੇ ਗਿਆ ਉਹਨਾਂ ਨਾਲ ਕੋਈ ਲੜਾਈ ਝਗੜਾ ਆਪਦਾ ਕਰਕੇ ਆਇਆ, ਜੋ ਉੱਥੇ ਮੁੜ ਕੇ ਨੇ ਆ ਕੇ ਸੁਬਹਾ ਇੱਥੇ ਆਪਦੇ ਜੋ ਸੁਸਾਈਡ ਕਰ ਲਿਆ ਆ ਕੇ ਸੁਬਹਾ, ਅਤੇ ਉਹਦੇ ਬ੍ਰਦਰ ਨੇ ਜਦੋਂ ਦੇਖਿਆ ਤਾਂ ਚਲੋ ਸਾਨੂੰ ਵੀ ਇਹਨਾਂ ਨੇ ਸੁਨੇਹਾ ਲਾਇਆ ਅਤੇ ਅਸੀਂ ਵੀ ਆਏ, ਅਸੀਂ ਕਿਹਾ ਚਲੋ ਅਜੇ ਠੀਕ ਹੋ, ਪਰ ਉਹ ਪੂਰਾ ਹੋ ਚੁੱਕਾ ਆਪਦਾ। ਹੁਣ ਸੁਸਾਈਡ ਕੀਤਾ ਭਾਈ ਜੀ ਇਹਨੇ ਆਪਦਾ ਫਾਹਾ ਲੈ ਲਿਆ ਜੀ ਇੱਥੇ ਆ ਕੇ ਫਾਹਾ ਲੈ, ਹਾਂ ਪੱਖੇ ਨਾ ਕੇ ਨਾ ਛੱਤ ਦੇ ਨਾਲ ਫਾਹਾ ਲੈ ਲਿਆ ਇਹਨੇ, ਪਰ ਬੜੀ ਮੰਦਗਤੀ ਘਟਨਾ ਹੋਈ ਆ ਜਿਹੜੀ, ਇਹ ਕਹਿ ਨਹੀਂ ਸਕਦੇ ਉੱਥੇ ਵੀ ਪਰਿਵਾਰ ਨੂੰ ਜਿਹੜਾ ਕਰਿਆ ਆ ਆਪ ਵੀ ਆ ਕੇ ਕਰ ਲਿਆ, ਘਰ ਦੇ ਘਰੇਲੂ ਝਗੜੇ ਕੋਈ ਬਾਹਲਾ ਹੈ ਨਹੀਂ ਸੀਗਾ, ਕੋਈ ਜ਼ਿਆਦਾ ਨਹੀਂ ਸੀਗਾ, ਮਾੜਾ ਮੋਟਾ ਦਾ ਪਰਿਵਾਰ ਦਾ ਸੀਗਾ, ਪਰਿਵਾਰ ਹੀ ਹੁੰਦੇ, ਸਹੁਰਾ ਪਰਿਵਾਰ ਵੀ ਹੁੰਦਾ ਹੀ, ਆਪਦਾ ਹੀ ਹੁੰਦਾ, ਕਿਹੜਾ ਉੱਪਰੇ ਆ ਕੋਈ ਉਹ ਵੀ, ਅਤੇ ਪਰ ਇੱਦਾਂ ਇਹ ਕੰਮ ਜਿਹੜਾ ਕਰ ਲਿਆ ਗਲਤ ਹੋ ਚੁੱਕਾ ਇਹ ਬਹੁਤ ਜ਼ਿਆਦਾ, ਕਹਿ ਨਹੀਂ ਸਕਦੇ। ਪਰਿਵਾਰ 'ਚ ਇਹਨਾਂ ਦੇ ਮਾਤਾ ਹੈਗੀ ਆ, ਇਹਨਾਂ ਦੀ ਲੜਕੀ ਆ, ਪਰਿਵਾਰ ਆਪਦਾ ਬੇਟਾ ਸੀ ਇੱਕ, ਇਹਨਾਂ ਦੇ ਬ੍ਰਦਰ ਆ ਨਾਲ ਭਰਜਾਈਆਂ ਦੀਆਂ, ਉਹ ਅੱਡ ਲੱਗ ਰਹਿ ਰਹੇ ਆ, ਮਾਤਾ ਵੀ ਅੱਡ ਲੱਗ ਰਹਿ ਰਹੀ, ਇਹ ਪਰਿਵਾਰ ਅੱਡ ਲੱਗ ਰਹਿ ਰਿਹਾ ਆਪਦਾ, ਮੁੰਡਾ ਕੁੜੀ ਅਤੇ ਪਤਨੀ ਇਹ ਚਾਰੇ ਜੀ ਰਹਿ ਰਹੇ ਸੀ ਆਪਦਾ, ਯਾਨੀ ਕਿ ਵਧੀਆ ਆਪਦਾ, ਚਲੋ ਰੋਜ਼ਗਾਰ ਚੱਲੀ ਜਾਂਦਾ, ਇਹ ਟੈਂਪੂ ਕੋਲੇ ਸੀ ਆਪਦਾ ਹੱਥੀ ਜਾ ਰੋਜ਼ਗਾਰ ਚਲਾਈ ਜਾਂਦਾ ਸੀ ਵਿਚਾਰਾ, ਚੱਲੀ ਜਾਂਦੇ, ਹੁਣ ਕਹਿ ਨਹੀਂ ਸਕਦੇ ਵੀ ਬੁੱਢੀ ਇੱਥੇ ਸੀਗੀ ਘਰਾਂ ਵਾਲੀ ਅਤੇ ਬੇਟਾ ਇਹਦਾ ਉੱਥੇ ਸੀਗੇ, ਉਹ ਯਾਨੀ ਕਿ ਗਈ ਸੀਗੀ ਵੀ ਮੈਂ ਆਪਦੇ ਡੈਡੀ ਨੂੰ ਛੱਡਿਆ ਵਾਂ, ਇਹ ਕਹਿੰਦਾ ਚਲ ਛੱਡਿਆ, ਮੁੜ ਕੇ ਉੱਥੋਂ ਕਦੇ ਉਹ ਆਈ ਨਹੀਂ, ਹਫ਼ਤਾ ਹੋ ਗਿਆ ਗਈ ਨੂੰ, ਰਾਤ ਹੋਣੀ ਇਹਨਾਂ ਦਾ ਪਤਾ ਨਹੀਂ ਕੀ ਗੱਲ ਹੋਈ, ਇਹਨਾਂ ਦੀ ਫੋਨ 'ਤੇ ਹੋਈ ਕਿ ਕਿਵੇਂ ਹੋਈ ਆ, ਅਤੇ ਆਹ ਕੰਮ ਰਾਤ ਹੋ ਗਿਆ, ਯਾਨੀ ਕਿ ਸੁਬਹਾ ਪਤਾ ਲੱਗਿਆ ਸਾਨੂੰ। ਦੱਸ ਦਈਏ ਕਿ ਜਵਾਈ ਵੱਲੋਂ ਜ਼ਖਮੀ ਕੀਤੇ ਸਹੁਰੇ ਪਰਿਵਾਰ ਦੇ ਪਰਿਵਾਰਕ ਮੈਂਬਰ ਫਰੀਦਕੋਟ ਮੈਡੀਕਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਅਤੇ ਘਟਨਾ ਦਾ ਪਤਾ ਚੱਲਦਿਆਂ DSP ਧਰਮਕੋਟ ਦਮਨਵੀਰ ਸਿੰਘ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਸਾਰੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। D5 ਚੈਨਲ ਪੰਜਾਬੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।